ਅਕਾਲ ਪੁਰਖ ਦਾ ਨਾਮ ਜਪਣਾ, ਉਹਦੇ ਨਾਲ ਇੱਥੋਂ ਤੱਕ ਵੀ ਸੁੱਖ ਮਿਲਦਾ ਕਿ ਜੇ ਕੋਈ ਨੀਵੀਂ ਜਾਤ ਦਾ, ਜੇ ਕੋਈ ਮਾੜੀ ਜਾਤ ਦਾ, ਉਹ ਇਹ ਸੋਚਦਾ ਕਿ ਮੇਰੀ ਕੁੱਲ ਜਿਹੜੀ ਹੈ ਉਹ ਬਹੁਤ ਚੰਗੀ ਨਹੀਂ ਅਤੇ ਮੇਰੀ ਜਾਤ ਬਹੁਤ ਉੱਚੀ ਜਾਤ ਨਹੀਂ ਹੈਗੀ, ਪਰ ਜੇ ਉਹ ਅਕਾਲ ਪੁਰਖ ਦਾ ਨਾਮ ਜਪਦਾ ਅਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਵੇਂ ਕੋਈ ਮਨੁੱਖ ਹੋਵੇ ਉਹਨੂੰ ਦਿਸਦਾ ਨਾ ਹੋਵੇ, ਅੰਨਾ ਹੋਵੇ ਉਹ, ਅਤੇ ਉਹਦੀ ਜਿਸ ਤਰ੍ਹਾਂ ਡੰਗੋਰੀ ਜਿਹੜੀ ਉਹਦੀ ਸੋਟੀ ਹੁੰਦੀ ਹੈ ਟੋਣ ਵਾਲੀ, ਉਹ ਜਿਸ ਤਰ੍ਹਾਂ ਉਹਦਾ ਸਹਾਰਾ ਬਣਦੀ ਹੈ, ਇਸ ਤਰ੍ਹਾਂ ਨਾਮ ਸਿਮਰਨ ਕਰਤੇ ਪੁਰਖ ਦਾ ਉਹਦਾ ਸਹਾਰਾ ਬਣਦਾ। ਸਤਿਗੁਰੂ ਜੀ ਕਹਿੰਦੇ ਹਨ ਹਰਿ ਹਰਿ ਕਰਤ ਜਾਤ ਕੁਲ ਹਰੀ, ਸੋ ਹਰਿ ਅੰਧੁਲੇ ਕੀ ਲੱਕਰੀ।